ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਸ਼ਵੇਤ ਮਾਲਿਕ ਨੇ ਭਾਰਤੀ ਜਨਤਾ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਸ਼ਹੀਦੀ ਸਥਲੀ ਜਲਿਆਂਵਾਲਾ ਬਾਗ ਵਿਖੇ ਕੇਂਦਰ ਸਰਕਾਰ ਵੱਲੋਂ ਸੰਪੂਰਨ ਵਿਕਾਸ ਅਤੇ ਬਿਊਟੀਫਿਕੇਸ਼ਨ ਦੇ ਕੰਮ ਕਰਾਏ ਗਏ ਪਰ ਪੰਜਾਬ ਸਰਕਾਰ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਜੋ ਸਮਾਰਕ ਬਣਾਉਣ ਜਾ ਰਹੀ ਹੈ ਉਹ ਜਲਿਆਂਵਾਲਾ ਬਾਗ ਤੋਂ 5 ਕਿਲੋਮੀਟਰ ਦੂਰ ਹੈ ਸ਼੍ਰੀ ਮਾਲਿਕ ਨੇ ਆਖਿਆ ਕਿ ਕਾਂਗਰਸ ਨੇ ਪੰਜਾਬ ਵਿੱਚ ਪਹਿਲੇ ਵੀ ਸਰਕਾਰ ਰਹੀ ਹੈ ਅਤੇ ਕਾਂਗਰਸ ਦਾ ટ્રਸਟ ਵੀ ਰਿਹਾ ਹੈ ਪਰ ਕਾਂਗਰਸ ਨੇ ਜਲ੍ਹਿਆਂਵਾਲਾ ਬਾਗ ਲਈ ਕੁਝ ਨਹੀਂ ਕੀਤਾ ਜ਼ਿਲ੍ਹਾ ਪ੍ਰਧਾਨ सुरेश ਮਹਾਜਨ ਜਨਨ ਸਕੱਤਰ ਸੁਖਵਿੰਦਰ ਸਿੰਘ ਪਿੰਟੂ ਮੀਤ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ ਜਲ੍ਹਿਆਂਵਾਲਾ ਬਾਗ ਪ੍ਰਾਈਮ ਲੈਂਡ ਆਫ ਸੈਕਰੀਫਾਈਸ ਨੈਸ਼ਨਲ ਮਮਨਮੈਂਟ ਸਭ ਤੋਂ ਵੱਡੀ ਸ਼ਹੀਦੀ ਜੇ ਕਿਸੇ ਜਗ੍ਹਾ ਤੇ ਦੁਨੀਆ ਦੇ ਵਿੱਚ ਹੋਈ ਹੈ ਤੇ ਜਲ੍ਹਿਆਂਵਾਲਾ ਬਾਗ ਜੋ ਔਰ ਉਹ ਦੇਸ਼ਵਾਸੀ ਦੇਸ਼ ਦੀ ਆਜ਼ਾਦੀ ਦੇ ਲਈ ਇੱਕ ਸ਼ਾਂਤੀਪੂਰਵਕ ਉਥੇ ਸਭਾ ਕਰ ਰਹੇ ਸੀ ਅੱਜ ਮੈਨੂੰ ਬੜੀ ਹੈਰਾਨੀ ਹੋਈ ਕਿ ਕੱਲ ਮੈਨੂੰ ਜਾਣਕਾਰੀ ਮਿਲੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਉਹ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਉਸ ਤੋਂ 5 ਕਿਲੋਮੀਟਰ ਦੂਰ ਰਣਜੀਤ ਐਵਨਿਊ ਦੇ ਵਿੱਚ జల్లే wale బాగ్ ਦਾ ਕੋਈ ਸਮਾਰਕ ਸ਼ਾਇਦ ਜਿਹੜਾ ਹੈ ਉਹ ਬਣਾ ਰਹੇ ਨੇ ਸੋ ਅੱਜ ਮੈਂ ਕਾਂਗਰਸ ਤੋਂ ਇਹ ਪ੍ਰਸ਼ਨ ਕਰਨਾ ਚਾਹਨਾ ਕੈਪਟਨ ਸਾਹਿਬ ਅੱਜ 100 ਸਾਲ ਪੂਰੇ ਹੋ ਗਏ ਤੇ ਤੁਹਾਨੂੰ ਜਲਿਆਲੇ ਬਾਗ ਦੀ ਯਾਦ ਆ ਗਈ ਜਲਿਆਲੇ ਬਾਗ ਤੇ ਡਵੈਲਪ ਹੋ ਗਿਆ ਬਣ ਗਿਆ ਔਰ ਮੈਂ ਸਮਝ ਨਹੀਂ ਆ ਕਿ ਜਲਿਆਲੇ ਬਾਗ ਕਿਉਂ ਨਹੀਂ ਜਾ ਰਹੇ ਇਸ ਬਾਗ ਜਲਿਆਲੇ ਬਾਗ ਜ ਬੰਨਾ ਚਾਹੀਦਾ ਇਹ ਜਲਿਆਲੇ ਬਾਗ ਜਿੱਥੇ ਧਰਤੀ ਹੈ ਹੁਣ ਕੋਈ ਕਿਸੇ ਤਰ੍ਹਾਂ ਦੀ ਕੁਸਾਕਾ ਐ ਅੰਮ੍ਰਿਤਸਰ ਤਸਵਾਰਕ ਜਲੰਧਰ ਬੰਦਾ ਕਦੀ ਹੋਇਆ ਐ ਤਾਂ ਕੀ 100 ਸਾਲਾ ਅੱਜ 100 ਸਾਲ ਹੋ ਗਏ ਉਹ ਸਾਕੇ ਨੂੰ 100ਵੇਂ ਸਾਲ ਮਨਾਈ ਜਾ ਐਨੇ ਦਿਨ ਤੁਹਾਡਾ ਟਰਸਟ ਰਿਹਾ ਐ ਇੰਨੀ ਦੇਰ ਤੁਸੀਂ ਮੁੱਖ ਮੰਤਰੀ ਹੋ ਗਏ 4 ਸਾਲ ਹੋ ਗਏ ਪਹਿਲੇ ਵੀ 5 ਸਾਲ ਰਹੇ ਉਸਲੇ ਜ਼ਿਲ੍ਹਾ ਵਾਲੇ ਬਾਗ ਦੀ ਤੁਹਾਡੀ ਕੀ ਕੰਟਰੀਬਿਊਸ਼ਨ ਐ ਔਰ ਅੱਜ ਤੁਸੀਂ 5 ਕਿਲੋਮੀਟਰ ਦੂਰ ਉਹ ਸਮਾਰਕ ਬਣਾਉਣ ਜਾ ਰਹੇ ਹੋ